ਗੁੱਡ ਮਾਰਨਿੰਗ ਗਾਇਸ, ਵੈਲਕਮ ਬੈਕ ਟੂ ਦਾ ਚੈਨਲ। ਗਾਇਸ ਸਵੇਰੇ ਸਵੇਰੇ ਉੱਠੇ ਹਾਂ ਜੀ, ਅਤੇ ਉੱਠਦੇ ਵਲੋਗ ਸਟਾਰਟ ਕਰਤਾ। ਅੱਜ ਮੈਂ ਚਾਹ ਬਣੀ ਹੈ, ਚਾਹ ਪੀਣ ਲੱਗਾ। ਚਾਹ ਦੇ ਨਾਲ ਖਾਣ ਡਿਆ ਮੈਂ ਚੁੱਲੂ ਬੁੱਲੇ ਖਾਣ ਡਿਆ ਗੁਰਕਿਲੇ। ਅੱਜ ਸੋਤਾ ਨਹੀਂ, ਹੁਣ ਉੱਠਿਆ, ਅੱਧਾ ਘੰਟਾ ਹੋ ਗਿਆ ਉੱਠੇ ਨੂੰ, ਪੌਣਾ ਘੰਟਾ, 6:30 ਵਜੇ ਉੱਠ ਗਿਆ ਮੈਂ। ਅੱਜ ਗਾਇਸ ਸਾਰਾ ਵਲੋਗ ਮੈਂ ਸ਼ੂਟ ਕਰਨ ਡਿਆ ਵਾਂ 1+ ਦੇ ਵਿੱਚ। ਪਤਾ ਕਿਹੜੇ ਫੋਨ ਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ, ਆਹ ਜਿਹੜੇ ਫੋਨ ਦੇ ਵਿੱਚ ਇਹਦੀ ਕੁਆਲਿਟੀ ਦੀ ਮਾੜੀ ਨਹੀਂ ਹੈ। ਸਾਰਾ ਵਲੋਗ ਇਹ ਸ਼ੂਟ ਕਰਕੇ ਵੇਖਣਾ ਅੱਜ ਵੀ ਕਿੱਦਾਂ ਦਾ ਵਲੋਗ ਆਉਂਦਾ ਭਲਾ ਚ ਤਾਂ। ਅੱਛਾ ਇੱਦਾਂ, ਹਾਂ ਆਹ ਦੇਖੋ ਜਿਹੜਾ ਕੱਲ੍ਹ ਫੋਨ ਲੈ ਗਿਆ ਮੈਂ, ਉਹਦੇ ਵਿੱਚ ਸ਼ੂਟ ਕਰਨੇ ਆ। ਅਤੇ ਇੱਧਰ ਐਸ਼ਮੀਜ਼ ਉੱਠੀ ਹੈ, ਮੰਮੀ ਉਠਾਉਣ ਦੀ ਕੋਸ਼ਿਸ਼ ਕਰਨ ਦੀ ਪਰ ਨਹੀਂ ਉੱਠਣ ਡੀ ਅਜੇ। ਮੈਂ ਕਹਿ ਚਾਹ ਪੀਵਾਂ ਫਾਈਨ ਨਹੀਂ, ਅਤੇ ਫਿਰ ਕੁਰਕਰੇ ਖਾ ਕੇ ਫਿਰ ਦੁਕਾਨ 'ਤੇ ਚੱਲ ਜਾਣਾ ਆਪਾਂ। ਇੱਧਰ ਭਾਪਾ ਜੀ ਮੈਨੂੰ ਕੀ ਸੋਚੀ ਜਾਂਦੇ ਬਾਬੇ ਐਣ ਮੂੰਹ ਕਰੀ ਹੁਣ ਆ ਤੇਰੇ ਨਾਲ ਗੱਲ ਕਰੀ ਇੱਕ ਦਾਦਾ ਨਹੀਂ ਆ ਬੁਰਾ ਤੇਰੇ ਨਾਲ ਗੱਲ ਕਰੀਏ ਇੱਕ। ਇਸ ਬਾਪੂ ਮੇਰੇ ਨਾਲ ਘੱਟ ਹੀ ਬੋਲਦੇ ਆ, ਸਾਡੇ ਕੀ ਚੱਕਰ। ਅਤੇ ਗਾਇਸ ਅੱਜ ਹੈਗਾ ਵਾ ਡੇ 5, ਤੁਹਾਨੂੰ ਦੱਸਿਆ ਨਾ ਆਪਾਂ ਚੈਲੇਂਜ ਲਿਆ ਹੋਇਆ ਡੇ 30 ਡੇਜ਼ ਦਾ, ਅਤੇ ਚੈਲੇਂਜ ਪੂਰਾ ਕਰਨਾ ਹੈਗਾ ਜਿਸ ਤਰ੍ਹਾਂ ਮਰਜ਼ੀ ਕਰੀਏ ਆਪਾਂ। ਅੱਜ ਗਾਇਸ ਡੇ 5 ਹੈਗਾ ਵਾ, ਕੱਲ੍ਹ ਆਪਾਂ ਹਾਰਡ ਫੋਨ 'ਤੇ ਸ਼ੂਟ ਕਰਨਾ ਲੈ ਤਾਂ ਵੈਸੇ ਮੇਰੇ ਕੋਲ ਤੁਹਾਨੂੰ ਪਤਾ ਮੇਰਾ ਪਰਸਨਲ ਫੋਨ 15 ਪ੍ਰੋ ਮੈਕਸ ਆ ਵਾਲਾ, ਅਤੇ ਇਹ 'ਚ ਤਾਂ ਮੈਂ ਵੈਸੇ ਅੱਜ ਵਲੋਗ ਬਣਾ ਕੇ ਆਪਣਾ ਕਿੱਦਾਂ ਦਾ ਬਣਾਉਂਦਾ ਹੈ, ਦੇਖਦੇ ਹਾਂ ਗਾਇਸ ਅੱਜ ਦਾ ਡੇ ਕਿਵੇਂ ਸਪੈਂਡ ਹੁੰਦਾ ਵਾ, ਅਤੇ ਤੁਹਾਨੂੰ ਦੱਸਦੇ ਸਾਰਾ ਹਿਸਾਬ ਕਿਤਾਬ ਜੋ ਵੀ ਆ। ਹੈਂ ਦੇਖੋ ਅੱਜ ਵੈਸੇ ਗਰਮੀ ਗਾਇਸ, ਕੱਲ੍ਹ ਨੂੰ ਬਹੁਤ ਜ਼ਿਆਦਾ ਘੱਟ, ਕੱਲ੍ਹ ਤਾਂ ਬਹੁਤ ਜ਼ਿਆਦਾ ਕੰਮ ਔਖਾ ਇਹਨਾਂ, ਬਹੁਤ ਜ਼ਿਆਦਾ ਗਰਮੀ। ਅਤੇ ਹੁਣ ਅੱਜ ਦੇਖੋ ਕਿੰਨੀ ਗਰਮੀ ਪੈਂਦੀ, ਕਿੱਦਾਂ ਦਿਨ ਲੰਘਦਾ, ਕੀ ਹਿਸਾਬ ਕਿਤਾਬ ਆ। ਅੱਜ ਸ਼ਾਇਦ KTM ਵੀ ਕੱਢਾਂਗੇ ਬਾਹਰ ਆਪਾਂ, ਗਾਇਸ ਪੂਰੇ 5 ਦਿਨ ਹੋ ਗਏ KTM ਨੂੰ ਸਲਫ ਤੱਕ ਨਹੀਂ ਮਾਰਿਆ ਮੈਂ, 5 ਦਿਨ ਹੋ ਗਏ ਮੋਟਰਸਾਈਕਲ ਘਰੇ ਲੱਗਾ। ਅਤੇ ਅੱਜ 5 ਦਿਨਾਂ ਬਾਅਦ ਫਾਈਨਲੀ ਬਾਹਰ ਕੱਢਾਂਗੇ, ਸਟਾਰਟ ਕਰਾਂਗੇ ਅਤੇ ਗੇੜੀ ਮਾਰ ਕੇ ਆਵਾਂਗੇ ਉੱਥੇ, ਵੇਖਦੇ ਹਾਂ ਅਤੇ ਜੇ ਮੂਡ ਬਣ ਗਿਆ ਤਾਂ ਬਾਕੀ। ਗਾਇਸ 10 ਵੱਜ ਗਏ, ਮੈਂ ਅਜੇ ਵੇਟ ਕਰਨਾ, ਮੈਂ ਭਿੱਖੀ ਹੁਣ ਜਾਣਾ, ਅਜੇ ਭਿੱਖੀ ਹੁਣ ਦਾ ਫੋਨ ਦਾ ਕਵਰ ਲੈ ਕੇ ਆਉਣਾ ਇੱਕ, ਇਹ ਕਿਤੇ ਨਵਾਂ ਗਾਰਡ ਲਵਾ ਲੈਣਾ। ਵੈਸੇ ਯਾਰ ਮੈਂ ਵੇਖਣ ਡਿਆ ਹਿਸਾਬ ਦਾ ਲਾਉਣ ਡਿਆ, ਇਹਦੀ ਕੁਆਲਿਟੀ ਐਡੀ ਨਹੀਂ ਮਾੜੀ ਯਾਰ, ਵਧੀਆ ਕੁਆਲਿਟੀ ਆਉਣ ਡੀ ਵੈਸੇ, ਆਉਂਦੇ 1+ ਫੋਨ ਦੀ ਕੁਆਲਿਟੀ ਨਹੀਂ ਆ, ਬਸ ਇੰਨਾ ਕਿ ਆਈਫੋਨ ਦੀ ਕੁਆਲਿਟੀ ਥੋੜ੍ਹੀ ਜ਼ਿਆਦਾ ਹੁੰਦਾ। ਮੈਂ ਦੇਖਾਂ ਚਲੋ ਇੱਕ ਵਲੋਗ ਵਿੱਚ ਬਣਾ ਕੇ ਜ਼ਰੂਰ ਦੇਖਣਾ ਵਾ, ਅਤੇ ਵਧੀਆ ਕੁਆਲਿਟੀ ਮੈਨੂੰ ਐਡੀ ਮਾੜੀ ਨਹੀਂ ਲੱਗਣ ਡੀ ਆ, ਠੀਕ ਆ। ਸੋ ਅੱਜ ਮੈਂ KTM ਵੀ ਬਾਹਰ ਕੱਢਣ ਦੀ ਸੋਚਣ ਡਿਆ ਯਾਰ, ਵੇਖੋ ਹੁਣ ਕਦੋਂ ਟਾਈਮ ਲੱਗਦਾ, ਕਦੋਂ ਇਹਨੂੰ ਸ਼ਾਹ ਨੂੰ ਕੱਢਦੇ ਬਾਹਰ। ਅੱਜ ਪੂਰੇ ਗਏ 6 ਦਿਨ ਹੋ ਗਏ KTM ਨੂੰ ਸਲਫ ਤੱਕ ਨਹੀਂ ਮਾਰਿਆ, 6 ਦਿਨ ਹੋ ਗਏ ਇਹਨੂੰ ਅੰਦਰ ਲੱਗੇ ਨੂੰ। ਅੱਗੇ ਮੈਂ ਜ਼ਿਆਦਾ ਬਾਹਰ ਉਤਰਾ ਜਦੋਂ ਮਰਜ਼ੀ ਕੱਢ ਕੇ ਭਜਾ ਕੇ ਲਿਆ ਇਹਨਾਂ, ਤਾਂ ਹੁਣ ਮੰਮੀ ਬਾਅਦ ਕਹਿੰਦੇ ਵੀ ਬਿਨਾਂ ਮਤਲਬ ਤੋਂ ਪਸੰਦ ਨਹੀਂ ਚਾਹੀਦਾ ਬਾਹਰ ਕੱਢਣ ਦਾ, ਕਿਉਂਕਿ ਤਾਂ ਬਸ ਸਲੈਂਸਰ ਲਾਇਆ ਉਹਦਾ ਆਵਾਜ਼ ਬੜੀ ਕਰਦਾ, ਫਿਰ ਪੜਾਇਆ ਪੜਾਇਆ ਕੁੜੀ ਸਿਰ ਖਾ ਜਾਂਦਾ। ਸੋ ਇਸ ਕਰਕੇ ਜਾਣ ਨੂੰ ਬਹੁਤ ਘੱਟ ਹੀ ਕੱਢਦੇ ਹਾਂ ਆਪਾਂ ਲੋਕ, ਬਾਅਦ ਨੱਬਾ ਨਾ ਲੋਕ ਜਿਹੜੇ ਹੁੰਦੇ ਨਾ, ਤੁਹਾਨੂੰ ਪਤਾ ਗੱਲਾਂ ਬੜੀਆਂ ਕਰਦੇ ਬਾਅਦ ਜਾਵੇ, ਨਜਾਇਜ਼ ਕਿਵੇਂ ਨਜਾਇਜ਼ ਮੋਟਰਸਾਈਕਲ ਭਜਾਈ ਫਿਰਦਾ, ਐਡਾ ਵੱਡਾ ਪਲਾਨ ਧਮਕਾਉਣ ਆ, ਜਿੱਦਾਂ ਤੁਹਾਨੂੰ ਪਤਾ ਪਿੰਡਾਂ 'ਚ ਗੱਲਾਂ ਆਮ ਹੁੰਦੀਆਂ ਇਹੋ ਜਿਹੀਆਂ ਕਿ। ਸੋ ਇਹਦੇ ਕਰਕੇ ਜਾਣ ਮੈਂ ਤਾਂ ਕਰਕੇ ਨਾ ਜਿਹੜਾ ਬਾਈਕ ਹੈ ਬਹੁਤ ਘੱਟ ਹੀ ਬਾਹਰ ਕੱਢਦਾ ਯਾਰ। ਸੋ ਹੁਣ ਅੱਜ ਕੱਢਦੇ ਹਾਂ ਭਿੱਖੀ ਹੁਣ ਜਾਣਾ, ਅੱਜ ਨਾਲੇ ਮੋਟਰਸਾਈਕਲ ਦੀ ਟੈਂਕੀ ਫੁੱਲ ਕਰਾ ਕੇ ਲਿਆਉਣੇ ਆ, ਅਤੇ ਨਾਲੇ 1-2 ਕੰਮ ਆਪਣੇ ਉਹਦੇ, ਗਰਮੀ ਜਾਣ ਫਿਰ ਬੜੀ ਜ਼ਿਆਦਾ ਹੋ ਗਈ ਯਾਰ। ਮੈਂ ਤਾਂ ਗਰਮੀ ਅੱਜ ਘਟੂਗੀ, ਪਰ ਗਰਮੀ ਦਾ ਫਿਰ ਉਹੀ ਹਾਲ ਹੋ ਗਿਆ, ਮੈਂ ਖੇਤ ਚੱਲਿਆ ਹਾਂ, ਤੁਹਾਨੂੰ ਦਿਖਾ ਕੇ ਲੈਣਾ ਖੇਤ ਕੀ ਬਣ ਡਿਆ, ਜਾਏ ਜਾ ਝੋਨਾ ਸਾਰਾ ਲੱਗ ਗਿਆ ਜਾਜ ਭਰਾ ਦਾ, ਅਤੇ ਆਪਣਾ ਤੁਹਾਨੂੰ ਪਤਾ ਆਪਣਾ ਪਹਿਲਾਂ ਲੱਗਾ, ਆਪਾਂ ਟੇਕ ਅੜੂਗਾ ਪਹਿਲਾਂ ਲਿਆ, ਅਤੇ ਗਾਇਸ ਪੱਠੇ ਆਪਣੇ ਭਰਨ ਦੇ ਨਾਲ ਵਾਹਵਾ ਜ਼ਿਆਦਾ ਹੋ ਗਿਆ ਫਾਇਦਾ, ਹੁਣ ਪੂਰੇ ਹਫ਼ਤੇ ਤੱਕ ਪੱਠੇ ਨੂੰ ਹੱਥ ਲਾਉਣ ਵਾਲੇ ਹੋਏ ਨੇ, ਕਿਉਂਕਿ ਆਪਾਂ ਜਾਂ ਪੱਠੇ ਕਰਨੇ ਸੇਲ, ਆਪਾਂ ਕਿਹੜੇ ਆਪ ਡੰਗਰ ਹੈਗੇ ਆ, ਆਪਾਂ ਪੱਠੇ ਵੇਚ ਦਿੰਦੇ ਕੋਈ 7-8 ਹਜ਼ਾਰ ਦੇ ਪੱਠੇ ਵੇਚ ਜਾਣੇ ਆਪਣੇ, ਅਤੇ ਪੱਠੇ ਵੇਚ ਕੇ ਫਿਰ ਦੁਬਾਰਾ ਵਾਹ ਕੇ ਫਿਰ ਵੇਚ ਦਿੰਦੇ, ਅਤੇ ਫਿਰ ਆਪਾਂ ਲਾਉਣੀ ਇਹ 'ਚ ਗੋਭੀ। ਸੋ ਮੈਂ ਸੋਚਿਆ ਵੀ ਥੋੜ੍ਹਾ ਬਹੁਤਾ ਕੰਮ ਵੀ ਕਰਿਆ ਕਰੀਏ ਨਾਲ, ਵਲੋਗਿੰਗ ਤਾਂ ਨਾਲ ਨਾਲ ਚੱਲੀ ਜਾਣੀ ਹੈ ਨਾ, ਅਤੇ ਥੋੜ੍ਹਾ ਬਹੁਤਾ ਗਾਇਸ ਕੰਮ ਵੀ ਨਾਲ ਕਰਨਾ ਚਾਹੀਦਾ ਯਾਰ ਬੰਦੇ ਨੂੰ। ਮੈਨੂੰ ਤਾਂ ਮਾਈਕ ਜਿਹੜਾ ਪਿਛਲਾ ਉਹਨਾਂ ਦਾ ਬੰਦ ਹੋਇਆ, ਤਾਂ ਹੀ ਵਾਇਕ ਘੱਟ ਰਿਕਾਰਡ ਕਰਦਾ, ਇਹਨੂੰ ਸਾਫ਼ ਕਰਦੇ ਹੋਇਆ ਪੈਟਰੋਲ। ਉਹ ਗਾਇਸ ਕੱਢ ਲਈ ਬਾਈਕ ਬਾਹਰ, ਅੱਜ ਤੁਹਾਨੂੰ ਦੱਸਿਆ ਨਾ ਬੜੇ ਦਿਨਾਂ ਬਾਅਦ KTM ਰਾਈਡ ਕਰਨ ਲੱਗੇ ਆਪਾਂ ਅੱਜ, ਇੱਕ ਤਾਂ ਫੋਨ ਦਾ ਕਵਰ ਲੈ ਕੇ ਆਉਣਾ ਵਾ, ਇੱਕ ਤਾਂ ਨਿੱਕੇ ਦੇ ਕੰਮ ਆਪਾਂ ਨੂੰ ਹੋਰ ਵੀ ਕਰਕੇ ਆਉਣੇ ਅੱਜ।
ਬੰਬੂ ਨੂੰ ਫੋਨ ਲਾਉਣਾ, ਬੰਬੂ ਸਾਲਾ ਫੋਨ ਨਹੀਂ ਚੁੱਕਣ ਡਿਆ ਯਾਰ, ਪਤਾ ਨਹੀਂ ਕਿੱਥੇ ਮਰਿਆ ਗੰਜਰ। ਇਹਨਾਂ ਦਾ ਮੋਟਰਸਾਈਕਲ 'ਚ ਤੇਲ ਵੀ ਥੋੜ੍ਹਾ ਹੋਣਾ, ਮੈਨੂੰ ਭਿੱਖੀ ਪਿੰਡ ਪਹੁੰਚਣਾ ਨਹੀਂ, ਮੈਨੂੰ ਲੱਗਦਾ ਅਤੇ ਕਿ ਪਹੁੰਚ ਜੂਗਾ, ਨਹੀਂ ਪਹੁੰਚ ਜਾਣਾ ਪੰਪ ਤੱਕ, ਪਹੁੰਚ ਹੀ ਜਾਣਾ ਪੰਪ ਤੱਕ, ਕੋਈ ਨਹੀਂ ਪਹੁੰਚ ਹੀ ਜਾਣਾ। ਅਤੇ ਉੱਥੋਂ ਫਿਰ ਪੰਪ ਤੋਂ ਬਸ ਵਾਹਦਾ ਪਵਾ ਲੈਣਾ, ਲਿਆ ਸਮਾਨ ਫੜ ਕੇ ਲੈ ਕੇ ਜਾਣਾ, ਚੇਤਾ ਜੀ ਦਾ ਚੇਤਾ ਨਾ ਭੁੱਲ ਜਾਵੇ ਬਾਅਦ 'ਚ, ਮੇਨ ਜਿਹੜਾ ਕੰਮ ਕਰਨ ਚੱਲੇ ਆਪਾਂ ਰਹਿਣਾ ਜਾਂ ਫਿਰ ਮੰਮੀ ਸਾਵਾ ਦਹੀਂ ਖੱਟਾ ਕੋਈ ਲੈਣ ਉੱਤੇ, ਮੈਡਮ ਦਹੀਂ ਕੋਈ ਦੇ ਦੇ ਯਾਰ, ਧੁੱਪ ਬੜੀ ਆ, ਇੱਥੇ ਰੱਖ ਲਾ ਬਾਜਾ। ਆਫਟਰ ਪੰਜਾਂ ਦਿਨ ਮੈਂ ਸਲਫ ਮਾਰਾਂਗਾ ਜੀ, ਝੋਟਾ ਪਹਿਲੇ ਸਲਫ ਤੋਂ ਸਟਾਰਟ ਹੋ ਜਾਂਦਾ ਜੀ, ਹੁਣ ਮਾੜਾ ਯਾਰ ਨੂੰ ਗਰਮ ਕਰ ਲਈਏ, ਬੜੇ ਦਿਨ ਹੋ ਗਏ ਸਟਾਰਟ ਨਹੀਂ ਨਾ ਕੀਤਾ, ਮਾੜਾ ਗਰਮ ਕਰ ਲਈਏ ਇਹਨੂੰ, ਕੋਈ ਨਹੀਂ ਜਦੋਂ ਮਾੜੀ ਜਿਹੀ ਸੂਈ ਚੁੱਕਦੀ ਨਾ ਨਿਆ ਜਿਹੜੀ, ਉਸ ਵੇਲੇ ਤੁਰ ਪੈਣਾ ਆਪਾਂ ਬਸ। ਬੰਬੂ ਨੇ ਕਰ ਫਿਰ ਫੋਨ ਲਾ ਲਈਏ, ਸਾਲਾ ਫੋਨ ਨਹੀਂ ਚੁੱਕਣ ਡਿਆ ਯਾਰ। ਗੈਸ ਕਵਰ ਲੈਣ ਆਇਆ ਵਿੱਕੀ ਪਾਸੀ ਹੋਣਾ ਕੋਲ, ਬਾਕੀ ਕੰਮ ਸਾਰੇ ਆਪਣੇ ਹੋ ਗਏ ਆ, ਬਸ ਕਵਰ ਵਾਲਾ ਕੰਮ ਰਹਿ ਗਿਆ। ਹਾਂਜੀ ਲੋ ਜਾਣ, ਕਵਰ ਕਿਤੇ ਨਹੀਂ ਮਿਲਿਆ ਯਾਰ, ਚਲੋ ਚੱਲੀਏ ਪਿੰਡ ਨੂੰ, ਕੰਮ ਸਾਰੇ ਹੋ ਗਏ ਆਪਣੇ। ਗਾਇਸ ਭਿੱਖੀ ਪਿੰਡ ਹੋ ਆਇਆ, ਪਰ ਕਵਰ ਸਾਰੇ ਭਿੱਖੀ ਪਿੰਡ 'ਚ ਕਿਤੇ ਨਹੀਂ ਮਿਲਿਆ ਇਹਦਾ, ਕਹਿੰਦੇ ਭਲਕੇ ਪਰਸੋਂ ਤੱਕ ਆਊ ਕਵਰ ਇਹਦਾ, ਇੰਨੀ ਜ਼ਿਆਦਾ ਗਰਮੀ ਨਾ ਗਾਇਸ ਗੱਲਾਂ ਹੀ ਛੱਡ ਦਿਓ, ਮੱਤ ਵੱਜ ਗਈ ਅੱਜ ਭਿੱਖੀ ਪਿੰਡ ਆਉਂਦੇ ਆਉਂਦੇ ਯਾਰ। ਮੂੰਹ ਮੈਂ ਧੋ ਕੇ ਘਰ ਨਹਾਉਣਾ ਬਾਅਦ 'ਚ, ਬਾਈਕ ਜਾਇਸ ਐਂ ਕਰ ਜੈਸ ਕਰਾ ਕੇ ਡੱਕ ਦਿੱਤੀ, ਤੇਲ ਤੂਲ ਪਵਾ ਲਿਆ ਇਹ 'ਚ, ਮੈਂ ਹੁਣ ਲੋੜ ਨਹੀਂ ਕੱਢਣ ਦੀ 2-4 ਦਿਨ ਇਹਨੂੰ ਅਜੇ। ਕਵਰ ਮੈਂ ਮਿਲਿਆ ਨਹੀਂ ਕਿਤੇ ਇਹਦਾ, ਸਾਰੇ ਭਿੱਖੀ ਪਿੰਡ 'ਚ, ਹੋਰ ਕਿਹੜੇ ਕੰਮ ਜਾਣਾ ਮੈਂ, ਉਹ ਗਾਂ ਦੇ ਉਦੋਂ ਹੀ ਗਿਆ ਹਾਂ ਮੈਂ, ਕਿੱਥੇ ਜਾ ਜਿਹੜੇ ਸੀ, ਵਾਹ ਮੰਮੀ ਕੱਪੜੇ ਸੀ, ਕੱਪੜੇ ਸੀਨ ਲੱਗੀ ਆ, ਮੈਂ ਨਹੀਂ ਕੋਈ ਲਗਾਇਆ ਗਾਇਸ, ਮੰਮੀ ਸਾਡੀ ਕੱਪੜੇ ਵੀ ਸੀ ਲੈਂਦੀ ਜੇ, ਮਸ਼ੀਨ ਦੀ ਫੋਰਮੈਨ ਵੀ ਜੇ ਘਰੇ ਮਸ਼ੀਨ ਸਹੀ ਕਰ ਲੈਂਦੀ ਜੇ। ਗਾਇਸ ਇੰਨੀ ਜ਼ਿਆਦਾ ਗਰਮੀ ਵੀ ਘਰੇ ਮੁੜਕਾ ਹੀ ਜਾਣ ਡਿਆ ਜਣਾ ਪੱਕੇ ਥੱਲੇ ਹੀ, ਮੰਮੀ ਗਰਮੀ ਹੈ ਨਾ ਅੱਜ। ਲੋ ਗਾਇਸ ਨਹਾਉਣ ਲੱਗਾ ਮੈਂ ਹੁਣ, ਤੁਹਾਨੂੰ ਨਹਾ ਧੋ ਕੇ ਫਰੈਸ਼ ਹੋ ਕੇ ਮਿਲਦਾ ਕਰਾਂ। ਚੱਪਲ ਕਿੱਥੇ ਮੇਰੀ, ਮਿਲ ਗਈ ਮਿਲ ਗਈ, ਓਕੇ ਗਾਇਸ ਨਹਾ ਧੋ ਕੇ ਤੁਹਾਨੂੰ ਫਿਰ ਮਿਲਦੇ, ਰੋਟੀ ਪਾਣੀ ਖਾ ਲਈ, ਰੋਟੀ ਦਾ ਟਾਈਮ ਹੋ ਗਿਆ ਵਾ, ਸਬਜ਼ੀ ਅੱਜ ਬਣੀ ਆ, ਚਣੇ ਕੱਲ੍ਹ ਜਿਹੜੇ ਬਣੇ ਇਹਦੇ ਵਿੱਚ ਅੱਗੇ ਤੱਕ ਨਾ ਪਾਤੀ ਆ, ਅਤੇ ਨਾਲ ਚਾਰ ਜਿਹੜਾ ਘਰ ਪਾਇਆ ਫਰੈਸ਼ ਉਹ, ਨਾਲ ਕਰੇਲੇ ਤੜਕੇ ਵਾਲੇ, ਅਤੇ ਨਾਲ ਪਕੌੜੀਆਂ ਵਾਲਾ ਦਹੀਂ, ਵਾਹ ਰੋਟੀ ਖਾਣ ਦਾ ਮਜ਼ਾ ਆ ਜਾਣਾ ਜੀ ਗਾਇਸ। ਓਕੇ ਗਾਇਸ ਰੋਟੀ ਖਾ ਕੇ ਮਿਲਦੇ ਹਾਂ, ਫਿਰ ਵੇਖਦੇ ਕੀ ਬਣਦਾ। ਗਾਇਸ ਉੱਤੇ ਉੱਠੇ ਹੋਣੇ, ਟਾਈਮ ਕਿੰਨਾ ਹੈਗਾ ਇਹ, 4 ਵੱਜ ਕੇ ਦੁਕਾਨ ਖੋਲ੍ਹੀ ਹੋਣੇ। ਹਾਂ ਸ਼ਮੀਤ ਕੀ ਕਰਨਾ ਪੁੱਤ ਮੇਰਾ, ਚਾਹ ਠੁਮਕਾ ਠੁਮਕਾ ਲਾ ਦੇ, ਆਏ ਹਾਏ ਆਏ ਹਾਏ ਆਏ, ਡਾਂਸ ਵੀ ਕਰਦੀ ਨਾਲ, ਇਹ ਮੇਰਾ ਪੁੱਤ ਡਾਂਸ ਵੀ ਕਰਦਾ ਨਾਲ, ਇਹ ਕੀ ਕਰਦਾ ਤੂੰ, ਇਹ ਕੀ ਹੈ ਸ਼ਮੀਤ ਡਾਂਸ ਕੀ ਆ, ਜਾਂ ਵਾਹਿਗੁਰੂ ਕਰਦੇ, ਵਾਹਿਗੁਰੂ ਵਾਹਿਗੁਰੂ ਬੋਲਦੇ ਪੁੱਤ, ਵਾਹ ਵਾਹਿਗੁਰੂ ਕਰਦੇ ਵਾਹਿਗੁਰੂ, ਚਾਹ ਮੈਂ ਸਾਰੇ ਮੱਥਾ ਟੇਕ ਦੇ ਕਿੱਦਾਂ ਰਹਿ ਦੇਣਾ ਮੱਥਾ, ਨਹੀਂ ਨਹੀਂ ਇੱਥੇ ਟੇਕ ਕੇ ਦੱਸ, ਇੱਥੇ ਕਿੱਦਾਂ ਰਹਿ ਦੇਣਾ, ਵਾਹ ਬਾਬੇ ਦੇ ਮੱਥਾ ਕਿੱਦਾਂ ਰਹਿ ਦੇਣਾ, ਬਾਬੇ ਦੇ ਆਹੋ ਕਿੱਦਾਂ ਰਹਿ ਦੇਣਾ, ਕਿੱਦਾਂ ਦੱਸ ਦੇ, ਇੱਦਾਂ ਸਿਰ ਸਿਰ ਥੱਲੇ ਐਂ ਇੱਦਾਂ ਕਿੱਦਾਂ, ਹਾਂ ਇੱਦਾਂ, ਵਾਹਿਗੁਰੂ। ਮੇਰਾ ਪੁੱਤ ਕਿੱਥੇ ਚੱਲਿਆ ਹੁਣ, ਬਾਬੇ ਦੇ ਨਹੀਂ ਹੋਰ ਕਿਸੇ, ਉੱਥੇ ਚੱਲੇ ਕਿੱਥੇ ਆਪਾਂ ਹੁਣ, ਮਾਨੇ ਥੋੜ੍ਹੀ ਚੱਲੇ ਹਾਂ, ਮਨ ਦੁਕਾਨ 'ਤੇ ਚੱਲੇ ਹਾਂ ਆਪਾਂ, ਆਹੋ ਤੈਨੂੰ ਚੇਤਾ ਭੁੱਲ ਗਿਆ ਦੁਕਾਨ 'ਤੇ ਜਾਣਾ ਆਪਾਂ, ਤੈਨੂੰ ਚੇਤਾ ਭੁੱਲ ਗਿਆ ਦੁਕਾਨ 'ਤੇ ਜਾਣਾ ਆਪਾਂ, ਝੱਠੂ ਘੱਟੂ ਘਰ ਦੇ ਕਰਾਂ।
ਇੱਕ ਵਾਰ ਲਾ ਦੇ ਬਸ ਗੰਨਾ ਪੁੱਤ ਸਾਡਾ ਸੋਹਣਾ ਜਿਹਾ ਚੱਲ ਚਲੀਏ ਦੁਕਾਨ 'ਤੇ ਆਪਾਂ ਪਾਣੀ ਪੀ ਲਈਏ ਘੋਟ ਪਾਣੀ ਪੀ ਲਿਆ ਚੱਲ ਆ ਮੈਂ ਵੀ ਪੀਣਾ ਫਿਰ ਐਸ ਪੀ ਲਿਆ ਤਾਂ ਪੁੱਤ ਪਾਪਾ ਨੇ ਪੀਣਾ ਨਾ ਸੁਕਾਈ ਕੇ ਟੀ ਐਮ ਆਪਾਂ ਇੱਥੇ ਲਾ ਛੱਡੀ ਅੰਦਰ ਹੀ ਇਹਨੂੰ ਬਾਹਰ ਜਾਂਦਾ ਕੋਈ ਬਾਹਰ ਧੁੱਪ ਇੰਨੀ ਜ਼ਿਆਦਾ ਵੀ ਮੋਟਰਸਾਈਕਲ ਦਾ ਜਲੂਸ ਕੱਢ ਦਿੰਦੀ ਹੈ ਜਦੋਂ ਲੋੜ ਹੋਵੇ ਇੱਥੋਂ ਮੋੜ ਕੇ ਬਾਹਰ ਕੱਢ ਲਈ ਅੱਜ ਵੈਸੇ ਚੰਗੀ ਰਾਈਡ ਚੰਗਾ ਖਿੱਚਿਆ ਮੈਂ ਲੰਮਾ ਕਰਾਂ ਪੂਰੀ ਅੱਗ ਲਾਈਏ ਕਰਾਂ ਪੂਰਾ ਅੱਗ ਕਢਾਈ ਰੀਝੇ ਨਾਲ ਬਸ ਹੁਣ ਸ਼ਾਮਾਂ ਨੂੰ ਕੱਢਾਂਗੇ ਕਹਿੰਦਾ ਫੇਰ ਦਿੰਦੇ ਸਕੂਟਰੀ ਪੈਂਚਰ ਹੋ ਗਈ ਆਪਣੀ ਅਤੇ ਹੁਣ ਇਹਨੂੰ ਚਲਾਉਣਾ ਦੋ ਚਾਰ ਦਿਨ ਆਪਾਂ ਗੈਸ ਮੰਮੀ ਨੇ ਨਿੰਬੂ ਪਾਣੀ ਬਣਾਇਆ ਸ਼ਾਮਾਂ ਦੀਆਂ ਹੋਏ ਹੋਏ ਗਰਮੀ ਬੜੀ ਅੱਜ ਮੰਮੀ ਆਣਾ ਹੈ ਆਹੋ ਬੱਚਾ ਹੈ ਗੈਸ ਪੀਏ ਨਿੰਬੂ ਪਾਣੀ ਵੇਖੀ ਕਿੱਦਾਂ ਲੱਗਦਾ ਗੈਸ ਗਰਮੀ ਦੇ ਨਿੰਬੂ ਪਾਣੀ ਦੇ ਨਾ ਹੋਏ 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 ਗੈਸ ਸਕੂਟਰੀ 'ਚ ਪੈਂਚਰ ਹੋ ਗਈ ਮਾਂ ਬਾਈਕ ਕੀ ਕੱਢਣੀ ਬਾਹਰ ਸਕੂਟਰੀ ਲੈ ਜਾਂਦੇ ਹਾਂ ਵੇਖਿਆ ਤਾਂ ਹਵਾ ਹੀ ਨਹੀਂ ਹੈਗੀ ਮਾਂ ਚਲ ਭਰ ਲਈ ਹਵਾ ਹੋਏ 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 ਇੱਕ ਤੋਂ ਗਰਮੀ ਆ ਇੱਕ ਸਾਲਾ ਕੰਮ ਕਰਨ ਲੱਗਾ ਵਾਹਣ ਹੋ ਜਾਂਦਾ ਉੱਦਾਂ ਵਾਧੂ ਵੀ ਨਹੀਂ ਹਵਾ ਬੜੀ ਹੈ ਤੈਨੂੰ ਗਾਇਆ ਸਬਜ਼ੀ ਨੂੰ ਪਾਣੀ ਤਾਂ ਨਾ ਦੇਣਾ ਪੈਂਦਾ ਅੱਗੇ ਦਿਨ ਹਟ ਗਿਆ ਵਿੱਚ ਸਬਜ਼ੀ ਫਿਰ ਸੈਂ ਦੇਖੋ ਕੀ ਬਣ ਗਈ ਆ ਹੁਣ ਇਹਨੂੰ ਪਾਣੀ ਦੇ ਧਰੀ ਇਹਨਾਂ ਨੂੰ ਦਿਨ ਤੱਕ ਵੇਖਿਓ ਨੇ ਐਂ ਫਿਰ ਖਿੜ ਜਾਣਾ ਪੂਰਾ ਸਬਜ਼ੀਆਂ ਨੂੰ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਪਾਣੀ ਦੇਣਾ ਚਾਹੀਦਾ ਰੀਝਾਂ ਦੇ ਨਾਲ ਸੋ ਇਹ ਕੰਮ ਜ਼ਰੂਰੀ ਯਾਰ ਵੇਖਿਓ ਹੁਣ ਦਿਨ ਤੱਕ ਜੜ੍ਹਾਂ ਦੇ ਪਾਣੀ ਚਲ ਗਿਆ ਕਰਾਂ ਰੀਝਾਂ ਦਾ ਐਂ ਨਜ਼ਾਰਾ ਆ ਜਾਣਾ ਸਬਜ਼ੀ ਨਿਕਲਾਂ ਕਰੇਲੇ ਕੱਦੂ ਭਿੰਡੀਆਂ ਸਭ ਭਰਦੀਆਂ ਲਾੜਮਕਾ ਲਾ ਦੇ ਪੁੱਤ ਕੀ ਚੱਲਿਆ ਜਾਣੇ ਮੋਟਰ ਜਾਵਾਂਗਾ ਬਾਅਦ 'ਚ ਫਿਰ ਠੁਮਕਾ ਠੁਮ ਠੁਮਕਾ ਲਾ ਦੇ ਕਰਾਂ ਐਂ ਐਂ ਕਰਕੇ ਲਾ ਦੇ ਪੁੱਤ ਐਂ ਐਂ ਕਰਦੇ ਐਂ 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 ਸੈਂਡਲ ਪਾਇਆ ਪੁੱਤ ਨੇ ਰੈਡੀ ਹੋਇਆ ਕੀ ਚੱਲਿਆ ਮਾਨੇ ਚੱਲਿਆ ਕਿੱਥੇ ਮਾਨੇ ਨਾਨੀ ਕੋਲ ਨਹੀਂ ਬਹੁਤ ਨਾਨੀ ਕੋਲ ਨਹੀਂ ਜਾਣਾ ਨਾਨੀ ਛੀ ਆ ਤੂੰ ਆ ਛੀ ਚੂ ਚਪੇੜ ਮਾਰੂ ਤੇਰੇ ਤੂੰ ਚੁੱਪ ਮੈਂ ਤੇਰੇ ਥੱਪੜ ਮਾਰੂੰਗਾ ਤੂੰ ਚੁੱਪ ਆ ਦੀਦੀ ਚਪੇੜ ਦੀ ਨਹੀਂ ਮੇਰੀ ਦੇਖ ਲਾ ਆ ਮਾਰੂ ਮੂੰਹ ਤੇ ਤੂੰ ਚੁੱਪ ਇੱਧਰ ਇਹ ਆ ਵੱਜੂ ਮੂੰਹ ਤੇ ਆ ਏਡੀ ਚੁੱਪ ਤੂੰ ਚੁੱਪ ਚੁੱਪ ਚੱਲ ਬਾਏ ਬਾਏ ਕਰਦੇ ਬਾਏ ਬਾਏ ਸਾਰਿਆਂ ਸਤਿ ਸ਼੍ਰੀ ਅਕਾਲ ਕਹਿ ਬਾਏ ਬਾਏ ਹਾਂ ਸਤਿ ਸ਼੍ਰੀ ਅਕਾਲ ਜੀ ਕੱਲ੍ਹ ਵਾਲੇ ਵਲੋਗ 'ਚ ਮਿਲਦੇ ਹਾਂ ਅੱਜ ਦੇ ਵਲੋਗ ਲਈ ਇੰਨਾ ਹੀ ਠੀਕ ਹੈ ਉਹ ਭੂਆ ਆ ਗਈ ਹੋ ਲੈ ਭੂਆ ਵੀ ਆ ਗਈ ਹੋ ਜਾਂ ਭੂਆ ਸਤਿ ਸ਼੍ਰੀ ਅਕਾਲ ਬੁਲਾ ਚੱਲ ਭੂਆ ਨੂੰ ਕਿ ਭੂਆ ਸਤਿ ਸ਼੍ਰੀ ਅਕਾਲ ਜਾਂ ਬੁਲਾ ਸਤਿ ਸ਼੍ਰੀ ਅਕਾਲ ਬੁਲਾ ਗਿਆ ਬੁਲਾ ਬੁਲਾ ਕੇ ਆਉਂਦੀ ਹੈ ਸਤਿ ਸ਼੍ਰੀ ਅਕਾਲ ਬੁਲਾ ਗਿਆ ਲੈ ਚੱਲ ਗਈ ਭੂਆ ਸਤਿ ਸ਼੍ਰੀ ਅਕਾਲ ਬਾਬੂ ਸਤਿ ਸ਼੍ਰੀ ਅਕਾਲ ਬੁਲਾ ਦੇ ਸਤਿ ਸ਼੍ਰੀ ਅਕਾਲ ਭੂਆ ਨੂੰ ਕਿਆ ਘਰੇ ਆ ਜਾ ਕਿ ਭੂਆ ਆ ਜਾ ਘਰੇ ਲੈ ਆ ਭੂਆ ਨੂੰ ਘਰੇ ਲੈ ਆ ਨਾਨੀ ਕੋਲ ਜਾਣਾ ਆਂਦੀ ਨਾਨੀ ਕੋਲ ਬਾਏ ਬਾਏ ਗਾਇਸ ਕੱਲ੍ਹ ਨੂੰ ਮਿਲਦੇ ਹਾਂ ਅੱਜ ਦੇ ਵਲੋਗ ਲਈ ਇੰਨਾ ਮਿਲਦੇ ਕੱਲ੍ਹ ਵਾਲੇ ਵਲੋਗ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ ਲਵ ਯੂ ਆਲ
ਕੀਪ ਸਪੋਰਟਿੰਗ, ਕੀਪ ਲਵ ਮਾਝਾ ਬਲੌਗ ਬਲੌਗ, ਇੱਦਾਂ ਰੋਜ਼ ਤੁਹਾਨੂੰ ਬਲੌਗ ਵੇਖਣ ਨੂੰ ਮਿਲੂਗਾ, ਘੈਂਟ ਘੈਂਟ ਆਉਣ ਦੀ ਵੇ ਸਾਰਾ ਕੁਛ ਡਾਲਨੇ, ਲਵ ਯੂ ਆਲ।